ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਸੋ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅੱਜ ਫਿਰ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹਾਂ। ਜਿੰਨੇ ਵੀ ਸੂਟ ਆ, ਡਿਜ਼ਾਇਨਰ ਸੂਟ ਆ, ਡਿਜ਼ਾਇਨਰ ਦੁਪੱਟੇ ਆ, ਸਭ ਨਾਲ ਬੜੀ ਸੋਹਣੀ ਕਲੈਕਸ਼ਨ ਆ। ਐਂਡ ਅਗਰ ਤੁਸੀਂ ਤੁਹਾਨੂੰ ਕੋਈ ਵੀ ਕੁਐਰੀ ਹੁੰਦੀ ਆ, ਮੇਰਾ ਵਟਸਐਪ ਨੰਬਰ ਸਕਰੀਨ 'ਤੇ ਗਿਵਨ ਹੁੰਦਾ, ਤੁਸੀਂ ਉੱਥੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਚਲੋ ਫਿਰ ਸਟਾਰਟ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ। ਇਹ ਆਪਣਾ ਡਿਫਰੈਂਟ ਜਿਹਾ ਸ਼ੇਡ ਆ, ਨਾ ਹੀ ਇਹ ਰੈੱਡ ਸ਼ੇਡ 'ਚ ਆਉਂਦਾ ਹੈਗਾ, ਮਤਲਬ ਚੈਰੀ ਕਾਇੰਡ ਆਫ ਸ਼ੇਡ ਹੈਗਾ। ਇਹਦੇ 'ਤੇ ਆਪਾਂ ਨੇ ਜਿਹੜਾ ਵਰਕ ਕੀਤਾ, ਇੱਦਾਂ ਸਲਿਟਸ 'ਤੇ ਔਰਗੈਂਜ਼ਾ ਦੇ ਕੇ ਨਾ ਸੇਮ ਹੀ ਕਲਰ ਦਾ ਵਰਕ ਦਿੱਤਾ, ਕਿਉਂਕਿ ਕੰਟਰਾਸਟ ਸੋਹਣਾ ਨਹੀਂ ਲੱਗਦਾ ਹੁੰਦਾ। ਸੇਮ ਥਿੰਗ ਹੀ ਆਪਾਂ ਘੇਰੇ 'ਤੇ ਕੀਤੀ ਆ, ਅਤੇ ਜਿਹੜਾ ਵਰਕ ਆ ਫਰੰਟ ਬੈਕ ਦੋਨੋਂ 'ਤੇ ਆਉਂਦਾ ਵਾਲਾ ਵਰਕ, ਸੇਮ ਚੀਜ਼ ਹੀ ਸਲਵਾਰ 'ਤੇ ਆਉਂਦੀ ਆ ਅਤੇ ਐਂਡ ਬੋਟਮ ਸੋਰੀ ਸਲੀਵਸ 'ਤੇ ਆਉਂਦੀ ਆ। ਅਤੇ ਇਹਦੇ ਨਾਲ ਬਹੁਤ ਸੋਹਣਾ ਕੰਟਰਾਸਟ ਦੁਪੱਟਾ ਕੀਤਾ ਪਾਏ ਵਾਲਾ, ਇਹ ਦੁਪੱਟਾ ਇਹਦੇ ਨਾਲ ਕੰਟਰਾਸਟ ਦੁਪੱਟੇ ਉੱਤੇ ਵੀ ਪ੍ਰੋਪਰ ਆਰੀ ਵਰਕ ਹੋਇਆ ਹੋਇਆ, ਪਲੱਸ ਹੈਂਡ ਵਰਕ ਹੋਇਆ ਹੋਇਆ ਸਾਰਾ। ਇੱਦਾਂ ਇੱਕ ਸਾਈਡ ਸਾਰੇ ਸਰਕਲ ਆਉਣਗੇ ਦੁਪੱਟੇ ਦੇ ਵਿੱਚ, ਅਰਾਊਂਡ 3 ਸਰਕਲ ਆਉਂਦੇ ਇੱਕ ਪੱਲੇ 'ਚ ਵਿਦ ਬੂਟੀ, ਔਰ ਇੱਕ ਸਾਈਡ ਇਹਦੇ 'ਤੇ ਪ੍ਰੋਪਰ ਇੱਦਾਂ ਵੇਲ ਆਊਗੀ। ਹਾਂ, ਇਹਦੇ ਨਾਲ ਡਿਜ਼ਾਇਨਰ ਦੁਪੱਟਾ ਹੈਗਾ, ਅਤੇ ਨਿਊ ਲਾਈਨਿੰਗ ਫੈਬਰਿਕ 'ਚ ਦੁਪੱਟਾ, ਬਹੁਤ ਸੋਫਟ ਰਹਿੰਦਾ ਹੈਗਾ। ਤੁਸੀਂ ਕਿਸੇ ਵੀ ਕੰਟਰਾਸਟ 'ਚ ਕਰਨਾ, ਕੰਟਰਾਸਟ 'ਚ ਆਲ ਓਵਰ ਕਰਨਾ, ਆਪਾਂ ਆਲ ਓਵਰ ਵੀ ਕਰ ਸਕਦੇ ਹਾਂ। ਪਹਿਲਾਂ ਇਹ ਵਾਲੇ ਦੁਪੱਟੇ ਨਾਲ ਹੈਵੀ ਸੂਟ ਵੀ ਬਣ ਕੇ ਗਏ ਸੀਗੇ ਹੈਂਡਵਰਕ 'ਚ, ਹੁਣ ਆਪਾਂ ਇਹ ਬਣਾਇਆ ਹੈਗਾ। ਜਿਹੜਾ ਆਪਣਾ ਨੈਕਸਟ ਸੂਟ ਹੈ ਉਹਦੇ 'ਤੇ ਵੀ ਆਪਾਂ ਸੇਮ ਡਿਜ਼ਾਇਨਿੰਗ ਕੀਤੀ ਆ, ਬਟ ਇਹ ਪ੍ਰਿੰਟ 'ਚ ਬਣਿਆ ਹੋਇਆ, ਠੀਕ ਆ। ਇਹਦਾ ਜਿਹੜਾ ਨੈਕ ਦੋਨੋਂ ਦੇ ਸੇਮ ਬਣੇ ਹੋਏ ਆ, ਬੈਨ ਦੇ ਕੇ ਇੱਦਾਂ ਔਰਗੈਂਜ਼ਾ ਦੇ ਕੇ ਵਿੱਚ ਇੱਦਾਂ ਨੈਕ ਬਣੇ ਹੋਏ ਆ, ਔਰ ਇਹਦੇ ਨਾਲ ਬੋਟਮ ਪਲੇਨ ਹੈਗੀ। ਸੇਮ ਹੀ ਵਰਕ ਬੋਟਮ 'ਤੇ ਕੀਤਾ ਜਿੱਦਾਂ ਉਹਦੀ ਬੋਟਮ 'ਤੇ ਸੀਗਾ। ਇਹ ਤੁਸੀਂ ਦੇਖੋ ਪ੍ਰਿੰਟਿੰਗ 'ਤੇ ਵੀ ਆ ਡਿਜ਼ਾਇਨ ਬਹੁਤ ਸੋਹਣਾ ਲੱਗਦਾ ਗਾ, ਫਰੰਟ ਬੈਕ ਸੇਮ ਵਰਕ ਹੁੰਦਾ। ਪ੍ਰਿੰਟ ਕਦੇ ਕਦੇ ਸੇਮ ਨਹੀਂ ਮਿਲਦਾ, ਸਿਮਲਰ ਪ੍ਰਿੰਟ 'ਤੇ ਵੀ ਆਪਾਂ ਰੈਡੀ ਕਰ ਸਕਦੇ ਹਾਂ। ਇੱਦਾਂ ਫਰੰਟ ਬੈਕ ਸੇਮ ਆਊਗਾ ਇਹਦਾ, ਔਰ ਇਹਦੇ ਨਾਲ ਆਪਣਾ ਸੇਮ ਹੀ ਦੁਪੱਟਾ, ਮਤਲਬ ਡਿਜ਼ਾਇਨਰ ਦੁਪੱਟਾ ਨਹੀਂ ਹੈ, ਇੱਦਾਂ ਦਾ ਹੀ ਬੇਸ ਕਲਰ ਦਾ ਹੀ ਦੁਪੱਟਾ ਰਹੂਗਾ। ਨੈਕਸਟ ਜਿਹੜਾ ਆਪਣਾ ਸੂਟ ਹੈ ਇਹ ਵੀ ਕੰਟਰਾਸਟ 'ਚ ਹੈ, ਸਾਰੇ ਡਿਜ਼ਾਇਨਿੰਗ ਸਟਿਚਿੰਗ 'ਚ ਕੀਤੀ ਹੋਈ ਹੈ। ਦੁਪੱਟੇ ਆਪਣੇ ਕੋਲ ਬਹੁਤ ਸੋਹਣੇ ਰੈਡੀ ਹੋਏ ਹੋਏ ਆ, ਡਿਜ਼ਾਇਨਰ ਦੁਪੱਟੇ ਰੈਡੀ ਹੋਏ ਹੋਏ ਆ। ਅਤੇ ਇਹਦੇ ਨਾਲ ਆਪਾਂ ਨੇ ਆਹ ਇਹਦੀ ਬੋਟਮ ਹੈ, ਬੋਟਮ 'ਤੇ ਆਪਾਂ ਪਿੰਟੈਕਸ ਵਿਦ ਲੇਸ ਦਿੱਤੀ ਆ, ਔਰ ਜਿਹੜੀ ਸ਼ਰਟ ਆ ਸ਼ਰਟ 'ਤੇ ਆਪਾਂ ਨੇ ਪਿੰਟੈਕਸ ਦਿੱਤੀਆਂ, ਜੋ ਵੀ ਬਰੀਕ ਬਰੀਕ ਪਿੰਟੈਕਸ ਨੇਗੀਆਂ, ਔਰ ਨੈਕ ਲਾਈਨ 'ਤੇ ਬਟਨਸ ਆਉਂਦੇ ਆ, ਬੈਨ ਨੈਕ ਆਊਗਾ। ਸਲੀਵਸ 'ਤੇ ਵੀ ਪਿੰਟੈਕਸ ਐਂਡ ਲੇਸ ਦਾ ਡਿਜ਼ਾਇਨਿੰਗ ਆ, ਘੇਰੇ 'ਤੇ ਵੀ ਆਪਾਂ ਲੇਸ ਦਿੱਤੀ ਹੋਈ ਆ, ਔਰ ਇਹਦੇ ਨਾਲ ਜਿਹੜਾ ਦੁਪੱਟਾ ਕੰਟਰਾਸਟ ਆ ਇਹ ਵਾਲਾ ਗ੍ਰੀਨ ਕਲਰ ਦਾ ਦੁਪੱਟਾ ਵਿੱਚ ਬਲੂਇਸ਼ ਗ੍ਰੇ ਕਲਰ ਦੇ ਫਲਾਵਰ ਆ, ਔਰ ਹੈਂਡਵਰਕ ਨਾਲ ਹਾਈਲਾਈਟ ਹੋਏ ਹੋਏ ਆ ਕਿਤੇ ਕਿਤੇ ਫਲਾਵਰ। ਫੋਰ ਸਾਈਡ ਆਪਾਂ ਸੇਮ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ। ਨੈਕਸਟ ਜਿਹੜਾ ਸੂਟ ਹੈਗਾ ਉਹ ਹੈਗਾ ਇਹ, ਬਟ ਇਹ ਸੇਮ ਫੈਬਰਿਕ ਹੁਣ ਨਹੀਂ ਹੈ, ਸੈਲਫ 'ਚ ਆ ਰਹੇ ਨੇ ਬਟ ਸਰਕਲ 'ਚ ਨਹੀਂ ਹੈਗਾ ਆਪਣੇ ਕੋਲ। ਇਹਦੇ 'ਤੇ ਆਪਾਂ ਟਾਈ ਐਂਡ ਆਏ ਔਰਗੈਂਜ਼ਾ ਦਿੱਤਾ ਹੋਇਆ ਨੀਚੇ ਐਕਸਟੈਂਸ਼ਨ 'ਚ, ਦੈਨ ਇੱਕ ਬੰਚ ਦਿੱਤਾ ਹੋਇਆ ਫਲਾਵਰ ਦਾ ਇੱਦਾਂ, ਔਰ ਨੈਕ ਲਾਈਨ ਆਪਾਂ ਬੈਨ ਨੈਕ 'ਚ ਰੱਖੀ ਹੋਈ ਆ। ਲੇਸਿਸ ਦਿੱਤੀਆਂ ਹੋਈਆਂ ਔਰਗੈਂਜ਼ਾ ਦੀ ਡਿਜ਼ਾਇਨਿੰਗ ਆ, ਸ਼ੋਲਡਰ 'ਤੇ ਇੱਕ ਫਲਾਵਰ ਹੁੰਦਾ, ਐਂਡ ਦੈਨ ਸਲੀਵਸ 'ਤੇ ਵੀ ਸੇਮ ਔਰਗੈਂਜ਼ਾ ਦਿੱਤਾ, ਅਤੇ ਇਹਦੇ ਬੈਕ 'ਤੇ ਵੀ ਇੱਦਾਂ ਇੱਕ ਫਲਾਵਰ ਦਾ ਬੰਚ ਦਿੱਤਾ ਹੋਇਆ। ਅਤੇ ਇਹਦੇ ਨਾਲ ਪਲੇਨ ਆਪਣਾ ਜਾਫਾ ਰਹੇਗਾ, ਔਰ ਟਾਈ ਐਂਡ ਆਏ ਜਿੱਦਾਂ ਇਹ ਹੋਇਆ ਹੋਇਆ ਉੱਦਾਂ ਦਾ ਦੁਪੱਟਾ ਰਹੇਗਾ। ਨੈਕਸਟ ਜਿਹੜਾ ਸੂਟ ਹੈਗਾ ਆਪਣਾ
ਅਗੇਨ ਜਿਹੜਾ ਬੇਸ ਆ ਕਦੇ ਕਦੇ ਸੇਮ ਨਹੀਂ ਮਿਲਦਾ ਹੈਗਾ ਕਿਉਂਕਿ ਇਹ ਸੂਟ ਡਿਸਪੈਚ ਹੋ ਰਿਹਾ, ਕਸਟਮਰ ਨੇ ਕਾਫੀ ਟਾਈਮ ਪਹਿਲਾਂ ਫੈਬਰਿਕ ਬੁੱਕ ਕਰਵਾਇਆ ਸੀਗਾ, ਤਾਂ ਕਰਕੇ ਇਹਦੇ 'ਤੇ ਵੀ ਬੈਨ ਨੈੱਕ ਉਹਨਾਂ ਨੇ ਰਖਵਾਇਆ ਕਿਉਂਕਿ ਉਹ ਮੋਸਟਲੀ ਬੈਨ ਹੀ ਪਾਉਂਦੇ ਆ। ਬੈਨ ਨੈੱਕ ਆ ਵਿੱਚ ਪ੍ਰੋਪਰ ਫਿਨਿਸ਼ਿੰਗ ਦੇਖੋ, ਆਪਾਂ ਪੱਟੀ ਦੀ ਕਿੰਨੀ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਆ, ਔਰ ਇਸ 'ਚ ਆਪਣਾ ਡੋਰੀ ਵਰਕ ਕੀਤਾ ਹੋਇਆ, ਇਹ ਵਰਕ ਆਪਣਾ ਬਹੁਤ ਹੋ ਕੇ ਜਾਂਦਾ। ਔਰ ਦੇਖੋ ਪੈਚ ਲਗਾ ਕੇ ਕਿੰਨਾ ਨੀਟ ਐਂਡ ਕਲੀਨ ਡੋਰੀ ਵਰਕ ਹੋਇਆ ਹੋਇਆ। ਸੇਮ ਹੀ ਆਪਾਂ ਸਲੀਵਸ ਦੀ ਮੂਹਰੀ ਇੱਥੇ ਕੀਤਾ ਹੋਇਆ, ਮੂਹਰੀ 'ਤੇ ਡੋਰੀ ਵਰਕ, ਅਤੇ ਇਹਨੂੰ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਇੱਦਾਂ ਆਪਾਂ ਸਲੀਟਸ 'ਤੇ ਵੀ, ਫਰੰਟ ਬੈਕ ਸਲੀਟਸ 'ਤੇ। ਔਰ ਇਹਦੇ ਨਾਲ ਜਿਹੜੀ ਬੋਟਮ ਹੈ ਉਹ ਪਲੇਨ ਬੋਟਮ ਅਤੇ ਪਲੇਨ ਦੁਪੱਟਾ ਰਹੂਗਾ। ਨੈਕਸਟ ਹੈਗਾ ਸੇਮ ਡਿਜ਼ਾਇਨਿੰਗ ਆ, ਕਲਰ ਐਂਡ ਸੈਲਫ ਔਰ ਪ੍ਰਿੰਟਿੰਗ 'ਚ ਡਿਫਰੈਂਸ ਅਗੇਨ, ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਕਿ ਡਿਫਰੈਂਸ ਰਹਿ ਜਾਂਦਾ ਸੈਲਫ 'ਚ ਵੀ ਔਰ ਨੀਚੇ ਮਤਲਬ ਬੇਸ 'ਚ। ਇਹ ਸੇਮ ਕੰਟਰਾਸਟ ਕੀਤਾ ਆਪਾਂ ਨੇ, ਵਰਕ ਵੀ ਸੇਮ ਆ, ਬਟ ਕਲਰ ਇਸ 'ਤੇ ਵੀ ਬਹੁਤ ਸੋਹਣਾ ਲੱਗ ਰਿਹਾ। ਇਹ ਪਿਓਰ ਦਾ ਕਲਰ ਹੁੰਦਾ ਗਾ, ਇੱਥੇ ਆਪਾਂ ਅਗੇਨ ਪਲੇਨ ਪੈਚ ਦਿੱਤਾ ਅਤੇ ਉਹਦੇ 'ਤੇ ਡੋਰੀ ਵਰਕ ਦਿੱਤਾ। ਜਿਨ੍ਹਾਂ ਨੂੰ ਡੋਰੀ ਵਰਕ ਦੀ ਨੌਲੇਜ ਹੈ, ਉਲਟੀ ਸਾਈਡ ਤੋਂ ਵਰਕ ਹੁੰਦਾ ਗਾ ਅਤੇ ਇਹ ਬਹੁਤ ਸੋਹਣਾ ਲੱਗਦਾ ਗਾ, ਇਹ ਇੱਦਾਂ ਆਊਗਾ, ਇਹਦਾ ਬਹੁਤ ਸੋਹਣੀ ਲੁੱਕ ਹੁੰਦੀ ਆ। ਇਹ ਆਪਣਾ ਪਿਓਰ ਬਨਾਰਸੀ 'ਚ ਸ਼ਰਟ ਹੈਗੀ, ਜਿਹੜਾ ਟੋਟਲੀ ਪਿਓਰ ਬਨਾਰਸੀ ਹੁੰਦਾ। ਐਂਡ ਇਹ ਨੀਚੇ ਬਾਰਡਰ ਆਊਗਾ, ਇਹਦੇ ਬੈਕ ਸਾਈਡ 'ਤੇ ਦੇਖੋ ਵੀਵਿੰਗ 'ਚ ਕੋਈ ਥਰੈਡ ਨਹੀਂ ਹੈਗਾ, ਪ੍ਰੋਪਰ ਵੀਵਿੰਗ ਹੋਈ ਹੋਈ ਆ। ਇਹ ਸ਼ਰਟ ਦੇ ਫਰੰਟ ਬੈਕ 'ਤੇ ਸੇਮ ਡਿਜ਼ਾਇਨਿੰਗ ਰਹੂਗੀ। ਸਲੀਵਸ ਆਪਾਂ ਇਹਦੇ ਡਿਜ਼ਾਇਨਰ ਕੀਤੀਆਂ, ਹਾਫ ਆਪਾਂ ਡਿਫਰੈਂਟ ਸ਼ੇਡ ਦਿੱਤਾ, ਹਾਫ ਡਿਫਰੈਂਟ ਸ਼ੇਡ ਦੇ ਕੇ ਅਤੇ ਉਹਦੇ ਉੱਤੇ ਪ੍ਰੋਪਰ ਥਰੈਡ ਐਂਡ ਗੋਟੇ ਦਾ ਵਰਕ ਕੀਤਾ ਹੋਇਆ। ਇੱਦਾਂ ਸ਼ੋਲਡਰਸ 'ਤੇ ਹੈਵੀ ਵਰਕ ਹੁੰਦਾ, ਇਹ ਆਪਾਂ ਸਲੀਵਸ 'ਤੇ ਵਰਕ ਕੀਤਾ ਹੋਇਆ। ਅਤੇ ਇਹਦੇ ਨਾਲ ਨੇਵੀ ਬਲੂ ਕਲਰ ਦੀ ਆਪਾਂ ਬੋਟਮ ਕੀਤੀ ਆ, ਇਹ ਮੀਡੀਅਮ ਲੈਂਥ ਰੱਖੀ ਆ, ਜਿੱਦਾਂ ਸ਼ੋਰਟ ਲੈਂਥ ਸ਼ਰਟ ਐਂਡ ਦੈਨ ਨਾਲ ਪਲਾਜ਼ੋ ਕੀਤਾ ਹੋਇਆ। ਅਤੇ ਇਹਦੇ ਨਾਲ ਇਹ ਦੁਪੱਟਾ ਕੀਤਾ ਨੈੱਟ ਦਾ, ਕਿਉਂਕਿ ਇਸ ਵਾਰ ਨੈੱਟ ਦੇ ਦੁਪੱਟਿਆਂ ਦਾ ਵੀ ਕਾਫੀ ਟਰੈਂਡ ਆ ਰਿਹਾ, ਨੈੱਟ ਦਾ ਦੁਪੱਟਾ ਅਤੇ ਫੋਰ ਸਾਈਡ ਇਹਦੀ ਲੇਸ ਦੀ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ। ਨੈਕਸਟ ਜਿਹੜਾ ਆਪਣਾ ਸੂਟ ਹੈਗਾ ਇਹ ਵਾਲਾ ਸੂਟ ਆ, ਇਸ ਵਾਰ ਆਪਣੇ ਇੱਦਾਂ ਡਿਜ਼ਾਇਨਿੰਗ ਹੋਈ ਹੈ ਇਹਦੇ, ਅਤੇ ਤੁਸੀਂ ਵਰਕ ਦੇਖੋ ਕਿੰਨਾ ਸੋਹਣਾ, ਬਿਲਕੁਲ ਹੀ ਬਰੀਕੀ 'ਚ ਵਰਕ ਕੀਤਾ ਔਰ ਨੀਟ ਐਂਡ ਕਲੀਨ ਵਰਕ ਹੋਇਆ, ਜਿਵੇਂ ਛੋਟਾ ਛੋਟਾ ਨਾ ਟੈਂਕੀ 'ਚ ਕੰਮ ਕੀਤਾ ਹੋਇਆ ਆਪਾਂ ਨੇ ਇਹਦੇ 'ਤੇ। ਔਰ ਇਹਦੇ ਵਿੱਚ ਆਪਾਂ ਔਰਗੇਂਜ਼ਾ ਦਿੱਤਾ, ਦੈਨ ਆਪਾਂ ਵਿੱਚ ਵਿੱਚ ਹਾਂ ਫਲਾਵਰਸ ਹਾਈਲਾਈਟ ਕੀਤੇ ਹੋਏ ਆ ਸੇਮ ਉੱਦਾਂ ਹੀ ਬਰੀਕ ਵਰਕ 'ਚ, ਦੈਨ ਅਗੇਨ ਔਰਗੇਂਜ਼ਾ ਦਿੱਤਾ ਹੋਇਆ, ਫਿਰ ਆਪਾਂ ਫਿਰ ਇੱਦਾਂ ਸੇਮ ਵਰਕ ਕੀਤਾ। ਅਤੇ ਨੈੱਕ 'ਤੇ ਆਪਾਂ ਇੱਦਾਂ ਡਿਜ਼ਾਇਨਿੰਗ ਕੀਤੀ ਹੋਈ ਆ, ਔਰਗੇਂਜ਼ਾ ਦਿੱਤਾ ਅਤੇ ਇੱਥੇ ਵੇਲ ਆਉਂਦੀ ਆ ਉਵੇਂ ਸੇਮ ਬਰੀਕ। ਅਤੇ ਆਹ ਇਹਦੀਆਂ ਸਲੀਵਸ ਆ ਗਈਆਂ, ਸਲੀਵਸ ਉੱਪਰ ਔਰਗੇਂਜ਼ਾ ਦੇ ਕੇ ਡਿਜ਼ਾਇਨਿੰਗ ਕਰਤੀ ਆਪਾਂ, ਅਤੇ ਨੀਚੇ ਵੇਲ ਆ ਗਈ ਅਤੇ ਇੱਦਾਂ ਬੂਟੀਆਂ ਹਾਈਲਾਈਟ ਕੀਤੀਆਂ ਹੋਈਆਂ। ਡਿਫਰੈਂਟ ਜਿਹਾ ਵਰਕ, ਇਵੇਂ ਤੁਸੀਂ ਇਹ ਵਰਕ ਕਦੇ ਦੇਖਿਆ ਵੀ ਨਹੀਂ ਹੋਣਾ। ਅਤੇ ਇਹ ਸਲਵਾਰ 'ਤੇ ਵਰਕ ਆ ਸੇਮ ਹੀ ਛੋਟਾ ਛੋਟਾ, ਅਤੇ ਇਹਦੇ ਦੁਪੱਟੇ 'ਤੇ ਵੀ ਆਪਾਂ ਫੋਰ ਸਾਈਡ ਦੇਖ ਅਤੇ ਇੱਦਾਂ ਬਰੀਕ ਜਿਹੀਆਂ ਥ੍ਰੀ ਲਾਈਨਸ ਦਿੱਤੀਆਂ ਹੋਈਆਂ ਵਰਕ ਦੀਆਂ, ਮਤਲਬ ਬੂਟੀ ਫਲਾਵਰ ਸਭ ਤੋਂ ਹਟ ਕੇ ਇੱਦਾਂ ਥ੍ਰੀ ਲਾਈਨਸ ਵਰਕ ਦੇ ਦੇਖ ਕੇ ਅਤੇ ਲੇਸ ਦਿੱਤੀ ਆਪਾਂ ਨੇ। ਇਹਦੇ 'ਚ ਪ੍ਰਿੰਟਿੰਗ ਸੇਮ ਨਹੀਂ ਹੁੰਦੀ, ਕਲਰ ਆਪਸ਼ਨਸ ਮਿਲ ਜਾਂਦੇ ਹੁੰਦੇ, ਥੋੜ੍ਹਾ ਸਲਾਈਟਲੀ ਜਿਹਾ ਡਿਫਰੈਂਸ ਹੁੰਦਾ ਪ੍ਰਿੰਟਿੰਗ 'ਚ। ਇਹ ਸ਼ਰਟ ਹੈ, ਸ਼ਰਟ ਕਰੇ ਫੈਬਰਿਕ 'ਤੇ ਸ਼ਰਟ ਬਣੀ ਹੋਈ ਆ, ਪ੍ਰਿੰਟਿੰਗ ਹੈ, ਪ੍ਰਿੰਟਿੰਗ ਉੱਤੇ ਸਾਰੇ 'ਤੇ ਹਾਈਲਾਈਟਿੰਗ ਹੋਈ ਹੋਈ ਹੈ, ਸਿੱਪੀ ਦੀ, ਜ਼ਰੀ ਦੀ ਐਂਡ ਬਾਦਲੇ ਦੀ ਸਾਰੀ ਹਾਈਲਾਈਟਿੰਗ ਹੋਈ ਹੋਈ ਹੈ, ਬਹੁਤ ਸੋਹਣੀ ਲੱਗਦੀ ਆ ਸ਼ਰਟ। ਸਿੰਪਲ ਸ਼ਰਟ ਦਿੱਤੇ ਕਿਉਂਕਿ ਆਲਰੇਡੀ ਸ਼ਰਟ ਨੂੰ ਕੁਛ ਵੀ ਕਰਨ ਦਾ ਲੋੜ ਹੈ ਨਹੀਂ ਗੀ।
ਤੇ ਇਹਦੀ ਜਿਹੜੀ ਬੋਟਮ ਹੈ ਇਹਨੂੰ ਪਾਕਿਸਤਾਨੀ ਸਟਾਈਲ 'ਚ ਸੂਟ ਦਿੱਤਾ ਹੋਇਆ ਆਪਾਂ ਨੇ, ਬੋਟਮ ਗਰਾਰਾ ਬਣਿਆ, ਇੱਥੇ ਥਾਈਸ 'ਤੇ ਆਪਾਂ ਲੇਸ ਦਿੱਤੀ ਹੋਈ ਹੈ, ਵਰਕ ਵਾਲੀ ਅਗੇਨ ਲੇਸ ਹੈ, ਅਤੇ ਨੀਚੇ ਫਿਨਿਸ਼ਿੰਗ ਦਿੱਤੀ ਹੋਈ ਹੈ ਗੋਲਡਨ, ਰਾਣੀ ਸ਼ੇਡ ਦਾ ਹੀ ਦੁਪੱਟਾ ਇਹਦੇ ਨਾਲ, ਫੋਰ ਸਾਈਡ ਇਹਦੇ ਵੀ ਲੇਸ ਦੀ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ। ਬਹੁਤ ਸੋਹਣਾ ਸੂਟ ਬਣਿਆ ਹੋਇਆ, ਸਿੰਪਲ ਸੋਬਰ ਐਂਡ ਡਿਜ਼ਾਈਨਰ ਸੂਟ ਬਣਿਆ ਹੋਇਆ, ਇਹਦੇ 'ਚ ਆਪਾਂ ਕੁਝ ਜ਼ਿਆਦਾ ਨਹੀਂ ਕੀਤਾ, ਬਟ ਫੈਬਰਿਕ 'ਚ ਹੀ ਬਹੁਤ ਡਿਜ਼ਾਇਨਿੰਗ ਹੈ, ਫਰੰਟ ਬੈਕ ਸੇਮ ਹੀ ਇਹਦੇ 'ਤੇ ਵਰਕ ਆਉਂਦਾ ਗਾ ਫੈਬਰਿਕ 'ਚ ਹੀ, ਸ਼ਰਟ ਦੇ ਫਰੰਟ 'ਤੇ ਇੱਦਾਂ ਵਰਕ ਆਉਂਦਾ, ਠੀਕ ਹੈ। ਸਲੀਵਸ ਵੀ ਸੇਮ ਬਾਰਡਰ ਅਤੇ ਸੇਮ ਵਰਕ ਸਲੀਵਸ 'ਤੇ ਆਏਗਾ ਬੂਟੀ ਨਾਲ, ਵੱਡਾ ਬੰਚ ਨਹੀਂ ਦਿੱਤਾ, ਬੂਟੀ ਦਿੱਤੀ ਹੋਈ ਆ। ਬੈਕ 'ਤੇ ਵੀ ਸੇਮ ਵਰਕ ਹੈ, ਜਿੱਦਾਂ ਫਰੰਟ 'ਤੇ ਵਰਕ ਆ ਉੱਦਾਂ ਹੀ ਸੇਮ ਬੈਕ 'ਤੇ ਵਰਕ ਆਊਗਾ। ਔਰ ਇਹਦੀ ਫਿਨਿਸ਼ਿੰਗ ਦੇਖੋ ਜਿਹੜੀ ਆਪਾਂ ਕੀਤੀ ਆ, ਇੱਦਾਂ ਫਿਨਿਸ਼ਿੰਗ ਕੀਤੀ ਹੋਈ ਆ। ਡਿਫਰੈਂਟ ਡਿਫਰੈਂਟ ਸ਼ੇਡ ਜਿਹੜੇ ਜਿਹੜੇ ਵਰਕ 'ਚ ਯੂਜ਼ ਆ ਉਹ ਵਾਲੇ ਸਾਰੇ ਯੂਜ਼ ਕਰਕੇ ਨਾ, ਹਾਫ ਐਂਡ ਹਾਫ ਕਰ ਕਰਕੇ ਸਾਰੇ ਦੀ ਫਿਨਿਸ਼ਿੰਗ ਦਿੱਤੀ ਹੋਈ ਆਪਾਂ ਨੇ। ਔਰ ਇਹ ਦੇਖੋ ਪਾਈਪਿੰਗ, ਐਜ਼ ਆ ਪਾਈਪਿੰਗ ਦਿਖ ਵੀ ਰਹੀ ਹੈ ਥੋੜ੍ਹੀ ਥੋੜ੍ਹੀ, ਅਤੇ ਜਦੋਂ ਆਪਾਂ ਚੱਲਾਂਗੇ ਉਦੋਂ ਵੀ, ਕਿਉਂਕਿ ਸਿੰਗਲ ਦੀ ਤਾਂ ਹਰੇਕ ਕੋਈ ਕਰਦਾ, ਆਪਣੇ ਕਾਫੀ ਸੂਟਸ 'ਚ ਇੱਦਾਂ ਫਿਨਿਸ਼ਿੰਗ ਹੋਈ ਹੋਈ ਆ। ਦੁਪੱਟਾ ਇਹਦੇ ਨਾਲ ਆਪਾਂ ਜਿਹੜਾ ਕੰਟਰਾਸਟ ਕੀਤਾ ਆਹ ਵਾਲਾ ਦੁਪੱਟਾ ਇਹਦੇ ਨਾਲ ਕੰਟਰਾਸਟ ਆ, ਡਾਰਕ ਨਿਓਨ ਪਿੰਕ ਸ਼ੇਡ ਐਂਡ ਪੀਚ ਸ਼ੇਡ ਦਾ ਚੈੱਕ ਕਰਿਓ, ਜਿੱਥੇ ਰਾਣੀ ਪਿੰਕ ਸ਼ੇਡ ਆ ਉੱਥੇ ਆਪਾਂ ਪਿੰਕ ਕਟਵਰਕ ਦਿੱਤਾ, ਐਂਡ ਜਿੱਥੇ ਪੀਚ ਸ਼ੇਡ ਆ ਉੱਥੇ ਆਪਾਂ ਪੀਚ ਕਟਵਰਕ ਦਿੱਤਾ ਹੋਇਆ। ਮਤਲਬ ਇੱਦਾਂ ਨਹੀਂ ਕਿ ਇੱਧਰ ਪੀਚ ਆਪਾਂ ਸਿੰਗਲ ਸ਼ੇਡ ਦਾ ਹੀ ਕਟਵਰਕ ਕੀਤਾ, ਜਿੰਨੇ ਸ਼ੇਡਸ ਆ ਦੁਪੱਟੇ 'ਤੇ ਉਨੇ ਹੀ ਸ਼ੇਡ ਦਾ ਡਿਫਰੈਂਟ ਡਿਫਰੈਂਟ ਕਟਵਰਕ ਦਿੱਤਾ ਹੋਇਆ। ਤਾਂ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ, ਆਹ ਸਲਵਾਰ ਹੈ, ਅਗਰ ਤੁਸੀਂ ਇਹਨੂੰ ਡਿਟੇਲ 'ਚ ਦੇਖੋ ਕਿੱਦਾਂ ਇਹਦੇ 'ਤੇ ਕਿੰਨਾ ਬਰੀਕੀ 'ਚ ਸਾਰਾ ਵਰਕ ਕੀਤਾ ਹੋਇਆ, ਇਹਦਾ ਆਊਟਲਾਈਨਿੰਗ ਕੀਤੀ ਆ, ਵਿੱਚ ਪਾਣੀ ਭਰਿਆ ਹੋਇਆ, ਬਹੁਤ ਜ਼ਿਆਦਾ ਬਰੀਕੀ 'ਚ ਵਰਕ ਆ, ਸਟਲ ਕਲਰ ਕੋਂਬੀਨੇਸ਼ਨ ਦਿੱਤਾ ਹੋਇਆ, ਔਰ ਸਟੀਲ ਗ੍ਰੇ ਬੇਸ ਆ, ਡਿਫਰੈਂਟ ਜਿਹਾ ਕਲਰ ਕੋਂਬੀਨੇਸ਼ਨ ਕੀਤਾ ਹੋਇਆ। ਹੋਪਸੋ ਤੁਹਾਨੂੰ ਅੱਜ ਵਾਲੀ ਵੀਡੀਓ, ਅੱਜ ਵਾਲੀ ਕਲੈਕਸ਼ਨ ਵੀ ਬਹੁਤ ਵਧੀਆ ਲੱਗੀ ਹੋਊਗੀ। ਲੇਟੈਸਟ ਅਪਡੇਸ਼ਨ ਵਾਸਤੇ ਤੁਸੀਂ ਸਾਡਾ ਇੰਸਟਾਗ੍ਰਾਮ ਪੇਜ ਵੀ ਫੋਲੋ ਕਰ ਸਕਦੇ ਹੋ, ਉੱਥੇ ਵੀ ਡੇਲੀ ਅਪਡੇਸ਼ਨਸ ਹੁੰਦੀਆਂ। ਔਰ ਕੋਈ ਵੀ ਕੁਐਸਚਨ ਜਾਂ ਕੁਐਰੀ ਹੁੰਦਾ ਮੇਰਾ ਵਟਸਐਪ ਨੰਬਰ ਸਕਰੀਨ 'ਤੇ ਗਿਵਨ ਹੁੰਦਾ, ਤੁਸੀਂ ਉੱਥੇ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।